ਭਾਈ ਅੰਮ੍ਰਿਤਪਾਲ ਸਿੰਘ ਦੇ ਕੋਲ ਫੋਟੋ ਕਰਵਾਉਣ ਬਹਾਨੇ ਆਉਣ ਵਾਲਾ ਹਰ ਸ਼ਖਸ ਵਫਾਦਾਰ ਨਹੀਂ ਹੋ ਸਕਦਾ। ਇਹ ਮੈਸੇਜ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ, ਜਿਸ ਦੇ ਵਿੱਚ ਸਿੱਧੇ ਤੌਰ 'ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਗੱਲ ਆਖੀ ਗਈ ਹੈ। ਦਰਅਸਲ ਇਹ ਮੈਸੇਜ ਸੁਰਿੰਦਰ ਸਿੰਘ ਜੱਥਾ ਠੀਕਰੀਵਾਲ ਦੇ ਵੱਲੋਂ ਜਾਰੀ ਕੀਤਾ ਗਿਆ ਹੈ, ਜਿਸ ਦੇ ਵਿੱਚ ਉਹਨਾਂ ਨੇ 12 ਨੁਕਤੇ ਦੱਸੇ ਨੇ, ਜਿਸ ਦੇ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਇਹ ਸਾਰੇ ਨੁਕਤੇ ਤੁਹਾਡੇ ਨਾਲ ਸਾਂਝੇ ਕਰਾਂਗੇ ਅਤੇ ਤੁਹਾਨੂੰ ਅਪੀਲ ਹੈ ਕਿ ਇਸ ਮੈਸੇਜ ਨੂੰ ਵੱਧ ਤੋਂ ਵੱਧ ਵਾਇਰਲ ਕਰੋ, ਤਾਂ ਜੋ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ, ਕਿਉਂਕਿ ਦਿਨ ਬਾ ਦਿਨ ਉਹਨਾਂ ਦੀ ਲੋਕਪ੍ਰਿਯਤਾ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਹੋ ਰਹੀ ਹੈ ਅਤੇ ਇਸ ਦੇ ਉਲਟ ਕੁਝ ਵਿਰੋਧੀ ਵੀ ਉਹਨਾਂ ਦੇ ਖਿਲਾਫ਼ ਭੁਗਤਦੇ ਨਜ਼ਰ ਆ ਰਹੇ ਨੇ। ਇਸ ਮੈਸੇਜ ਦੇ ਵਿੱਚ ਕੀ ਲਿਖਿਆ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਉਹਨਾਂ ਨੇ ਲਿਖਿਆ ਕਿ ਸਿੰਘੋ, ਸਾਵਧਾਨ ਰਹਿਣਾ, ਪਹਿਲਾਂ ਵੀ ਅਣਗਹਿਲੀ ਦਾ ਨਤੀਜਾ ਭੁਗਤ ਚੁੱਕੇ ਹਾਂ। ਕੱਲ੍ਹ ਅੰਮ੍ਰਿਤ ਸੰਚਾਰ ਵਾਲੇ ਦਿਨ ਦੀਆਂ ਘਟਨਾਵਾਂ ਆਮ ਨਹੀਂ ਸਨ। ਪਿੰਡ ਰਾਮੂਵਾਲਾ ਵਿਖੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨਭੇਟ ਚੰਗਾ ਭਲਾ ਬੰਦਾ ਸਾਬਤ ਸੂਰਤ ਜਾਣ ਬੁੱਝ ਕੇ ਮੂੰਹ ਕਾਲਾ ਕਰਕੇ ਸ਼੍ਰੀ ਦਰਬਾਰ ਸਾਹਿਬ ਪੁੱਜਾ। ਅਜਨਾਲੇ ਇਲਾਕੇ ਪਿੰਡ ਵਿੱਚ ਗੁਰੂ ਘਰ 'ਤੇ ਪੱਥਰਬਾਜ਼ੀ ਹੋ ਗਈ। ਅਸਲ ਦੇ ਵਿੱਚ ਜਾਣ ਬੁੱਝ ਕੇ ਸਭ ਕੁਝ ਇਹ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੇ ਮਨਾਂ ਦੇ ਵਿੱਚ ਧਾਰਨਾ ਬਣਾਈ ਜਾਵੇ ਅੰਮ੍ਰਿਤਪਾਲ ਦੇ ਆਉਣ ਨਾਲ ਕੀ ਫਰਕ ਪਿਆ, ਉਹੀ ਕੁਝ ਹੋ ਰਿਹਾ ਹੈ। ਦੁਸ਼ਮਣ ਬਹੁਤ ਸ਼ਾਤਰ ਹੈ, ਬਹੁਤ ਕੋਝੀ ਚਾਲ ਚੱਲੇਗਾ, ਭਾਵੇਂ ਦੂਰ ਬੈਠੇ ਹਾਂ ਪਰ ਹਰ ਪਲ ਭਰਾਵਾਂ ਵੱਲ ਹੀ ਧਿਆਨ ਹੈ। ਜਿਹੜਾ ਬੰਦੇ ਖੁਦ ਚੰਗੇ ਕੰਮਾਂ ਕਾਂਡਾਂ ਦੇ ਵਿੱਚ ਰਿਹਾ ਹੋਵੇ ਉਹਦਾ ਧਿਆਨ ਵੱਧ ਜਾਂਦਾ ਹੈ। ਕਿਰਪਾ ਕਰਕੇ ਹੇਠ ਲਿਖੇ ਨੁਕਤੇ ਜ਼ਰੂਰ ਨੋਟ ਕਰਨਾ। ਨੁਕਤਿਆਂ ਦੇ ਵਿੱਚ ਜੋ ਲਿਖਿਆ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਕਾਫਲੇ ਵਿੱਚ ਕਦੇ ਵੀ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਡੀ ਅੱਗੇ ਨਾ ਰੱਖੋ। ਘੱਟੋ ਘੱਟ 10 ਹਥਿਆਰਾਂ ਵਾਲੇ ਸਿੰਘ ਸਾਵਧਾਨ ਹੋ ਕੇ ਨਾਲ ਰਹਿਣ। ਕਿਸੇ ਵੀ ਸਮਾਗਮ ਵਾਲੀ ਜਗ੍ਹਾ ਤੋਂ ਜਿੰਨਾ ਚਿਰ ਭਾਈ ਸਾਹਿਬ ਦੀ ਗੱਡੀ ਰਵਾਨਾ ਨਹੀਂ ਹੁੰਦੀ, ਪਿਛਲੀ ਗੱਡੀ ਵਾਲੇ ਸਿੰਘ ਗੱਡੀ ਦੇ ਆਸੇ ਪਾਸੇ ਹਥਿਆਰ ਫੜ ਕੇ ਰਹਿਣ। ਫੋਟੋ ਕਰਵਾਉਣ ਬਹਾਨੇ ਭਾਈ ਸਾਹਿਬ ਕੋਲ ਆਉਣ ਵਾਲਾ ਹਰ ਸ਼ਖਸ ਵਫ਼ਾਦਾਰ ਨਹੀਂ ਹੋ ਸਕਦਾ। ਕੁਝ ਲੋਕ ਤੋਹਫ਼ੇ ਵਗੈਰਾ ਭੇਟ ਕਰਦੇ ਨੇ ਤਾਂ ਪਹਿਲਾਂ ਸਿੰਘ ਚੈੱਕ ਕਰਨ ਕਿ ਪੈਕਿੰਗ ਦੇ ਵਿੱਚ ਕੀ ਹੈ। ਰਫਲਾਂ ਵਾਲੇ ਸਿੰਘ ਐਕਸ਼ਨ ਦੇ ਵਿੱਚ ਰਹੋ, ਮੋਢੇ ਵਿੱਚ ਰਫਲਾ ਪਾ ਕੇ ਖੜ੍ਹਨਾ ਤਾਂ ਨਾ ਹੋਣ ਵਰਗਾ ਹੀ ਹੁੰਦਾ ਹੈ। ਘਰ ਵਿੱਚ ਹਰ ਬੰਦਾ ਅਵੇਸਲਾ ਹੁੰਦਾ, ਸੋ ਘਰ ਵਿੱਚ ਮੈਟਲ ਡਿਟੈਕਟਿਵ ਲਗਾਏ ਜਾਣ, ਘਰ ਦੇ ਆਸੇ ਪਾਸੇ ਕੈਮਰੇ ਲਗਾਏ ਜਾਣ, ਸਕਰੀਨ ਕੋਲ ਜ਼ਿੰਮੇਵਾਰ ਅਤੇ ਭਰੋਸੇਯੋਗ ਸਿੰਘਾਂ ਦੀ ਡਿਊਟੀ ਲਗਾਈ ਜਾਵੇ। ਬਿਨਾਂ ਭਰੋਸੇ ਅਤੇ ਪੂਰੀ ਜਾਣਕਾਰੀ ਤੋਂ ਕਿਸੇ ਨੂੰ ਵੀ ਨਿੱਜੀ ਜੱਥੇ ਵਿੱਚ ਸ਼ਾਮਿਲ ਨਹੀਂ ਕਰਨਾ ਚਾਹੀਦਾ। ਜਿੱਥੇ ਭਾਈ ਸਾਹਿਬ ਰਾਤ ਰੁਕਦੇ ਨੇ ਉੱਥੇ ਰਾਤ ਦਾ ਪਹਿਰਾ ਬਹੁਤ ਜ਼ਰੂਰੀ ਹੈ। ਭਾਈ ਸਾਹਿਬ ਨੂੰ ਹਰ ਜਗ੍ਹਾ ਪ੍ਰਸ਼ਾਦਾ ਪਾਣੀ ਛਕਾਉਣ ਵਾਲੇ ਜੱਥੇ ਦੇ ਸਿੰਘ ਹੀ ਹੋਣੇ ਚਾਹੀਦੇ ਨੇ। ਪੁਲਚਕ ਦੀ ਖਿਮਾ, ਕੋਸ਼ਿਸ਼ ਇਹ ਕਰੋ ਕਿ ਭਾਈ ਸਾਹਿਬ ਦੀ ਹਿਫਾਜ਼ਤ ਲਈ 2-4 ਧਰਮੀ ਫੌਜੀ ਜਾਂ ਰਿਟਾਇਰਡ ਸਿੱਖ ਫੌਜੀ ਹੋਣ, ਜੋ ਕੁਝ ਪੈਸਿਆਂ ਦੇ ਲਈ ਨੌਕਰੀ ਕਰਦੇ ਪਏ ਨੇ ਅਤੇ ਉਹਨਾਂ ਨੂੰ ਸੁਰੱਖਿਆ ਗਾਰਡ ਨੂੰ ਲੀਡ ਕਰਨ ਲਈ ਜ਼ਿੰਮੇਵਾਰੀ ਸੌਂਪਣੀ ਚਾਹੀਦੀ ਹੈ। ਗੁਰੂ ਘਰ ਦਾ ਕੂਕਰ ਅਤੇ ਭਰਾਵਾਂ ਦਾ ਫਿਕਰਮੰਦ ਸੁਰਿੰਦਰ ਸਿੰਘ ਜੱਥਾ ਠੀਕਰੀਵਾਲ। ਸੋ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ, ਜਿਸ ਦੇ ਵਿੱਚ ਸਿੱਧੇ ਤੌਰ 'ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਗੱਲ ਆਖੀ ਗਈ ਹੈ ਅਤੇ ਇਹ ਮੈਸੇਜ ਕਾਫੀ ਜ਼ਿਆਦਾ ਇੰਪੋਰਟੈਂਟ ਵੀ ਹੈ ਅਤੇ ਇਸ ਨੂੰ ਤੁਸੀਂ ਹੋਰ ਗਰੁੱਪਾਂ ਦੇ ਵਿੱਚ ਵੀ ਸਾਂਝਾ ਕਰ ਸਕਦੇ ਹੋ ਤਾਂ ਜੋ ਇਹ ਮੈਸੇਜ ਜੱਥੇ ਤੱਕ ਪਹੁੰਚਦਾ ਹੋ ਸਕੇ।